ਮੇਰਾ ਯਾਰ ਹੈ ਪੱਕਾ ਜੀ, ਇਹ ਰਾਜਾ ਵੜਿੰਗ ਜਦੋਂ ਜਦੋਂ ਜਿੱਤਦਾ ਇੱਥੇ ਆਉਂਦਾ, ਪੁੱਛ ਲਾ ਆਏ ਵਾਰੀ ਤਿੰਨ ਵਾਰੀ ਚਾਰ ਵਾਰੀ, ਔਰ ਜਦੋਂ ਮੈਂ ਆਉਣਾ ਇਹਨੂੰ ਮਿਲਣਾ ਜੇ ਮੈਂ ਇੱਥੋਂ ਦੀ ਨੰਗਾ। ਅਕਸਰ ਕਾਜੂ ਬਦਾਮਾਂ ਵਾਲੀ ਵੀ ਚਾਹ ਮਿਲ ਜਾਂਦੀ ਹੈ ਨਾ, ਅੱਜ ਸਿੰਪਲ ਚਾਹ ਮਿਲ ਰਹੀ ਹੈ, ਕਿਹੋ ਜਿਹੀ ਲੱਗ ਰਹੀ? ਕਾਜੂ ਬਦਾਮਾਂ ਵਾਲੀ ਵੀ ਪੀਨੇ ਆ, ਇਹ ਵੀ ਪੀਨੇ ਆ, ਇਹਦੀ ਜਿਹੜੀ ਦੁਆ ਹੈ ਨਾ ਦੁਆ, ਬਸ ਕੰਮ ਉਹੀ ਕਰਦੀ। ਮੇਰਾ ਖਿਆਲ ਮਗਰਲੇ 12-13 ਸਾਲਾਂ ਪਹਿਲੇ 2012 ਦੇ ਇਲੈਕਸ਼ਨ ਰਾਹੀ ਵੜਿੰਗ ਦਾ ਪੱਕਾ ਆ, ਦੇਖ ਲਾ ਮੈਨੂੰ ਕਹਿੰਦਾ ਮੈਂ ਕਾਂਗਰਸ ਦਾ ਲਾਈ ਬੈਠਾ, ਹੁਣ ਮੈਨੂੰ ਆਉਂਦੇ ਨੂੰ ਉਹਨਾਂ ਵਿਖਾਇਆ। ਜਿੰਨਾ ਚਿਰ ਹੈਗੀ ਲੱਗਦਾ ਨੀ ਕਿਤੇ ਪਿੱਠ ਨੀ ਵੇਖਣੀ ਪਊਗੀ ਕਦੇ? ਬਿਲਕੁਲ ਨੀ। ਵੜਿੰਗ ਸਾਹਿਬ ਅਕਸਰ ਜਿੱਤਣ ਤੋਂ ਬਾਅਦ ਕੋਈ ਇਸ ਤਰ੍ਹਾਂ ਬਹਿੰਦਾ ਨੀ ਜਿਵੇਂ ਤੁਸੀਂ ਅੱਜ ਬੈਠੇ ਹੋ, ਆ ਕੇ ਭੁੱਲ ਜਾਂਦਾ। ਮੇਰਾ ਯਾਰ ਹੈ ਪੱਕਾ ਜੀ, ਇਹ ਰਾਜਾ ਵੜਿੰਗ ਜਦੋਂ ਜਦੋਂ ਜਿੱਤਦਾ ਇੱਥੇ ਆਉਂਦਾ, ਪੁੱਛ ਲਾ ਆਏ ਵਾਰੀ ਤਿੰਨ ਵਾਰੀ ਚਾਰ ਵਾਰੀ, ਔਰ ਜਦੋਂ ਮੈਂ ਆਉਣਾ ਇਹਨੂੰ ਮਿਲਣਾ ਜੇ ਮੈਂ ਇੱਥੋਂ ਦੀ ਨੰਗਾ। ਅਕਸਰ ਕਾਜੂ ਬਦਾਮਾਂ ਵਾਲੀ ਵੀ ਚਾਹ ਮਿਲ ਜਾਂਦੀ ਹੈ ਨਾ, ਅੱਜ ਸਿੰਪਲ ਚਾਹ ਮਿਲ ਰਹੀ ਹੈ, ਕਿਹੋ ਜਿਹੀ ਲੱਗ ਰਹੀ? ਕਾਜੂ ਬਦਾਮਾਂ ਵਾਲੀ ਵੀ ਪੀਨੇ ਆ, ਇਹ ਵੀ ਪੀਨੇ ਆ, ਇਹਦੀ ਜਿਹੜੀ ਦੁਆ ਹੈ ਨਾ ਦੁਆ, ਬਸ ਕੰਮ ਉਹੀ ਕਰਦੀ। ਅਸੀਂ ਤਾਂ ਦਰ ਦਰ ਦੇ ਹਰ ਦਰ ਤੇ ਜਾਣਾ, ਤੇ ਜਦੋਂ ਇਹੋ ਜਿਹੇ ਬੰਦੇ ਦੇ ਦਰ ਤੇ ਆਉਣੇ ਆ, ਫਿਰ ਇਹਦੀ ਦੁਆ ਹੈ ਜਿਹੜੀ ਉਹ ਤੁਰ ਦਰਗਾਹ ਜਾਂਦੀ। ਕਿੰਨੇ ਚਿਰ ਦੀ ਤੁਹਾਡੀ ਸਪੋਰਟ ਕਰ ਰਹੀ ਜੀ? ਮੇਰਾ ਖਿਆਲ ਮਗਰਲੇ 12-13 ਸਾਲਾਂ ਪਹਿਲੇ 2012 ਦੇ ਇਲੈਕਸ਼ਨ ਰਾਹੀ ਵੜਿੰਗ ਦਾ ਪੱਕਾ ਆ, ਦੇਖ ਲਾ ਮੈਨੂੰ ਕਹਿੰਦਾ ਮੈਂ ਕਾਂਗਰਸ ਦਾ ਲਾਈ ਬੈਠਾ, ਹੁਣ ਮੈਨੂੰ ਆਉਂਦੇ ਨੂੰ ਉਹਨਾਂ ਵਿਖਾਇਆ। ਜਿੰਨਾ ਚਿਰ ਹੈਗੀ ਲੱਗਦਾ ਨੀ ਕਿਤੇ ਪਿੱਠ ਨੀ ਵੇਖਣੀ ਪਊਗੀ ਕਦੇ? ਬਿਲਕੁਲ ਨੀ।